le rive. ਇਹਦੇ ਨਵਾਬ ਪੁੱਤਰ ਹਨ ਕਿ ਜੇ ਨਾਨੇ ਦੀ ਪੁਸ਼ ਤੇ ਬਹਿ ਜਾਂਦੇ ਕੋਈ ਇਹਨਾਂ ਨੂੰ ਲਾਹਣ ਵਾਲਾ। ਈਦ ਵਾਲੇ ਦਿਨ ਜੇ ਨਾ ਆਖਿਆ ਅਸਾਂ ਉੱਥੋਂ ਦੇ ਪਾਣੇ ਨੂੰ ਕੱਪੜੇ ਉੱਥੋਂ ਆ ਗਏ। ਇਹਨਾਂ ਕਈ ਵਾਰੀ ਜਬਰਾਈਲ ਨੂੰ ਆਖਿਆ ਤੇਰੇ ਪਰ ਤੇ ਨਹੀਂ ਸਮਣਾ, ਮਾਂ ਦੀ ਝੋਲੀ 'ਚ ਸਮਣਾ। ਇਹਨਾਂ ਨਵਾਬਾਂ ਕਈ ਵਾਰੀ ਹੋਰਾਂ ਨੂੰ ਆਖਿਆ ਤੁਸੀਂ ਝੂਲਾ ਨੂੰ ਝੁਲਾਓ ਫਿਜ਼ਾ ਝੁਲਾਵੇ। ਜਿਹੜਾ ਅਮੀਰ ਆਈ ਉਹ ਛਾਂ 'ਤੇ ਟੁਰਦਾ ਆਈ, ਜਿਹੜਾ ਗਰੀਬ ਆਈ ਉਹ ਧੁੱਪ 'ਤੇ ਟੁਰਦਾ ਆਈ। ਗਲ ਗਲ ਨਾਲ ਹਾਇ ਕਰਨ ਵਾਲੇ ਜਿਹੜਾ ਧੁੱਪ 'ਤੇ ਟੁਰਦਾ ਆਈ ਉਹਦੀ ਕਬਰ 'ਤੇ ਅੱਜ ਛਾਂ ਹੈ। ਵਸਦੇ ਰਹੋ ਹਾਇ ਕਰਨ ਵਾਲੇ। ਇਹ ਗਮ ਨਸੀਬ ਹੋਵੇ ਆਜ਼ਾਦਾਰੋ, ਹੋਰ ਕਿਸੇ ਗਮ ਵਿੱਚ ਕਦੀ ਨਾ ਰਹੋ। ਜਿਹੜਾ ਧੁੱਪ 'ਤੇ ਟੁਰਦਾ ਆਈ ਉਹਦੀ ਕਬਰ 'ਤੇ ਅੱਜ ਛਾਂ ਹੈ, ਅਤੇ ਜਿਹੜਾ ਛਾਂ 'ਤੇ ਟੁਰਦਾ ਆਈ ਉਹਦੀ ਕਬਰ 'ਤੇ ਅੱਜ ਧੁੱਪ। ਨਾ ਮਾਂ ਦੀ ਕਬਰ 'ਤੇ ਛਾਂ ਹੈ, ਨਾ ਹਸਨ ਦੀ ਦਾਦੀ ਦੀ ਕਬਰ 'ਤੇ ਛਾਂ ਹੈ, ਨਾ ਹਸਨ ਦੀ ਆਪਣੀ ਕਬਰ 'ਤੇ ਛਾਂ ਹੈ, ਧੁੱਪੇ ਕਬਰ। ਇਸ ਹਾਏ ਦੇ ਸਦਕੇ ਖੁਦਾ ਤੈਨੂੰ ਉਹ ਕਬਰਾਂ ਵਿਖਾਵੇ, ਤੂੰ ਜੰਨਤ ਅਲ ਵਕੀਹ ਦਾ ਜ਼ਵਾਰ ਜਾ ਬਣੇ। ਕਿਉਂ ਅਮੀਰ ਆਖਿਆ ਗਿਆ ਅਤੇ ਕਿਉਂ ਗਰੀਬ ਆਖਿਆ ਗਿਆ? ਸ਼ਹਾਦਤ ਕਿਸੇ ਆਖਰੀ ਜ਼ਾਕਿਰ ਪੜ੍ਹਨੀ ਹੈ, ਮੈਂ ਅਮੀਰ ਗਰੀਬ ਦਾ ਫਰਕ ਆਖਣ ਲੱਗਾ। ਜਿਹਨੂੰ ਵਤਨ ਅਤੇ ਕਬਰ ਦੀ ਜਾ ਮਿਲ ਜਾਏ ਉਹ ਅਮੀਰ ਹੁੰਦਾ ਹੈ, ਜਿਹਦਾ ਜੰਗਲਾਂ 'ਚ ਵੀ ਦਫਨਾਉਣ ਵਾਲਾ ਕੋਈ ਨਾ ਹੋਵੇ, ਜਿਹਦੀ ਲਾਸ਼ 'ਤੇ ਭੈਣ ਰੋ ਲਵੇ ਉਹ ਅਮੀਰ ਹੁੰਦਾ ਹੈ, ਜਿਹਦੀ ਲਾਸ਼ ਤੋਂ ਇੰਝ ਲੱਗ ਜਾਏ ਜਿਵੇਂ ਲੱਗਦਾ ਹੀ ਕੁਛ ਨਾ ਹੋਵੇ ਉਹ ਗਰੀਬ। ਤੀਸਰਾ ਫਰਕ ਸੁਣੋ, ਜਿਹਦੇ ਕੋਲ ਆਖਰੀ ਵੇਲੇ ਪੁੱਤਰ ਹੋਵੇ ਉਹ ਅਮੀਰ ਹੁੰਦਾ ਹੈ, ਅਤੇ ਜਿਹਦੇ ਕੋਲ 13 ਜ਼ਰਬਾਂ ਵਾਲੇ ਧੀ ਹੋਵੇ ਉਹ ਗਰੀਬ। ਮੈਂ ਨਹੀਂ ਸਮਝਦਾ ਕਿਦਾਈ ਬ ਮੈਂ ਚੌਥਾ ਫਰਕ ਪੜ੍ਹਿਆ ਹੋਵੇ ਅਤੇ ਆਜ਼ਾਦਾਰ ਦੀ ਢਾਹ ਨਾ ਨਿਕਲੀ ਹੋਵੇ। ਰੋਂਦੇ ਸੋਹਣਾ ਪਿਓ, ਬਿਲਕੁਲ ਇਬਾਦਤ ਸੋਹਣੀ ਹੈ। ਮੈਂ ਨਹੀਂ ਆਖਣਾ ਵੀ ਤੁਸੀਂ ਹਾਏ ਕਰੋ ਯਾਰ ਰੋਵੋ, ਤੁਸੀਂ ਆਪਣੇ ਵਾਸਤੇ ਰੋਣਾ ਹੈ, ਆਪਣੀ ਅਕਵਤ ਵਾਸਤੇ ਰੋਣਾ ਹੈ। ਲੇਕਿਨ ਜ਼ਰਾ ਕੁਸ਼ਾਦੇ ਦਿਲ ਨਾਲ ਹੈ, ਮਸਾਇਬ ਦਿਲ ਦੇ ਅੰਦਰ ਉਤਾਰਿਆ ਹੈ ਅਤੇ ਅਮੀਰ ਗਰੀਬ ਦਾ ਫਰਕ ਸਮਝਿਆ ਹੈ। ਜਿਹਦੀ ਲਾਸ਼ 'ਤੇ ਆਲੀਆ ਬੁਰਕਾ ਪਾ ਕੇ ਆਵੇ ਉਹ ਅਮੀਰ ਹੁੰਦਾ ਹੈ, ਮੈਂ ਜੁਮਲਾ ਪੂਰਾ ਕਰਾਂ ਫਿਰ ਤੇਰੀ ਹਾਏ ਨਾਲ ਹਾਏ ਰੱਲੇ। ਜਿਹਦੀ ਲਾਸ਼ 'ਤੇ ਆਲੀਆ ਬੁਰਕਾ ਪਾ ਕੇ ਆਵੇ ਉਹ ਅਮੀਰ ਹੁੰਦਾ ਹੈ, ਅਤੇ ਜਿਹਦੀ ਲਾਸ਼ 'ਤੇ ਕੜੀਆਂ ਪਾ ਕੇ ਆਵੇ। ਮਰਹਬਾ ਮਰਹਬਾ ਯਾਰ, ਮੈਂ ਮੌਲਾ ਕੋਲ ਬੰਦਾ ਆਇਆ, ਹੋ ਸਕਿਆ ਮੌਲਾ ਮੈਂ ਦੁਨੀਆ ਦੇ ਹਾਲਾਤ ਤੋਂ ਪਰੇਸ਼ਾਨ ਹਾਂ, ਬੜਾ ਮੁਫਲਸੀ ਹੈ, ਗੁਰਬਤ ਦੇ ਡੇਰੇ ਨੂੰ ਕੋਈ ਅਮਲ ਦੱਸੋ, ਕੋਈ ਪਰੇਸ਼ਾਨੀ ਦਾ ਦੂਰੀ ਕਰਨ ਦਾ ਕੋਈ ਤਰੀਕਾ, ਕੋਈ ਵਜ਼ੀਫਾ। ਮੇਰੇ ਮੌਲਾ ਫਰਮਾਇਆ ਮਜ਼ਲੂਮ ਨੂੰ ਰੋਇਆ ਕਰ। ਜਿਹਨਾਂ 4-5 ਬੰਦਿਆਂ ਦੀ ਹਾਏ ਨਿਕਲੀ ਹੈ ਤੁਸੀਂ ਸਮਝ ਗਏ ਹੋ, ਸਾਹਿਲ ਨਹੀਂ ਸਮਝਿਆ। ਹੋ ਸਕਿਆ ਮੌਲਾ ਕਿਹੜਾ ਮਜ਼ਲੂਮ ਜਿਹਨੂੰ ਰੋਵਾਂ ਅਤੇ ਮੇਰੀਆਂ ਪਰੇਸ਼ਾਨੀਆਂ ਦਾ ਹੱਲ ਹੈ? ਇਮਾਮ ਫਰਮਾਇਆ ਉਹਨੂੰ ਰੋਇਆ ਕਰ ਜਿਹਨੂੰ ਭੈਣਾਂ ਨਹੀਂ ਰੋਈਆਂ। ਹੁਸੈਨ ਉਹ ਗਰੀਬ ਹੈ ਜੇ ਕੋ ਜ਼ਮੀਨ ਰੋਈਏ, ਆਸਮਾਨ ਰੋਇਆ, ਮਲਾਇਕ ਰੋਏ, ਪੱਥਰ ਰੋਏ, ਹੈਵਾਨ ਰੋਏ, ਨਹੀਂ ਰੋਈਆਂ ਅਤੇ ਭੈਣਾਂ ਨਹੀਂ ਰੋਈਆਂ। ਸਾਰੀ ਰਾਤ ਪਿਓ ਦੀ ਲਾਸ਼ ਉੱਥੇ ਪਈ ਰਹੀ, ਧੀ ਇੱਥੇ ਬੈਠੀ ਰਹੀ।
चांदनी रात आई आजादारो त्रों साल की धी दे जानू बोलन जानुआ ते हथ हथा ते चेहरा दूर शहीद आजम की लाश ते नजर है पलक नहीं झपक रही अखाएं चो आंसू लड़ियां लगिया हुई मासूम आदि अखा चलो मैं जुमला इंज आख देना अखाए चो हंजू पे वहन कन्ना चो धी आला बंदा रत पे वन सिर उठा जा सिर उठा आजादारो हथ खोलवाओ आजाद करो हथ जड़े मत भी हो और धी बाबे दी लाश वेख के पई आती है बाबा आओ मेरा बादशाह बाबा बाबा इंज भी कोई उजड़ता है जिम्मे तू यकदम उजड़ गया बाबा मैंने अच पता लगा है तू समय क्यों आधे आए इन्हों फूफिया की हेलक हो जा नित बाबे दा सीना नू लभना बाबा तेरी गर्दन दा खून अज रुकिया नहीं इन्हों भैन तेरी दी चादर ला ली है वसदा रहे आजादार यारा मुहर्रम बिन पलाने उठा ते अली दियां धियां चढ़ बैठे न्याजे सैयदा मैंने वेख्या है आखरी उठ तो सज्जाद पिछा टुरना शुरू किया तिरवंजा जड़ा उठा है ना तिरवंजा उस तो एक एक उठ दे उत्ते वेद है पूरा करता है फिर टुरदा है फिर उत्ते वेद फिर टुरदा है फिर आखिर जिदन पहला उठाया उस ते बैठी आई अली बादशाह दी थी झोली चाई हुसैन दी थी ते दोवें शहजादियां दी नज़र एक लाश ते आई माफ करया जिस लाश दे नौ हिस्से होए होए कौलें जे इत्थे पुत्र ते नज़र पई तो उठ तो बैठी हुई मखदूमा फरमाया सज्जाद जी अम्मा मेरा पुत्र सन किथे लैके जा रहे मेरे मौला फरमाया अम्मा शाम धी अली दी रोक आदिए ते साड़ियां रिहाइयां कदन उस जिस बंदे दी कोई कबूल नहीं हो रही दुआ कोई रुकी हुई है इस जुमले ते दिल च रखे ते हाय करके मंगे सज्जाद एक हाथ उठ ते रखिया दूजा ऐं सिर ते रख के आदा है अम्मा रिहाइयां उन्हां दियां होंदियां जिन्हां दी कण मगर कोई होवे मेरे जितने हन में ऐ तत्ती रहते मरहबा हाय करण वाले नाल मोमिन हाय दा गवाह करिया मेरे जितने हन में ऐ तत्ती रहते अम्मा समा के जा रहे मेरी सैना दी अगर रिहाई दा पता नहीं तैमूर थोड़ा आवाज खोलो तो फिर मेरे बिरा दे कातिल नूं आख मैं इक वैण करना इजाजत मिल गई तो कूंजा पहाड़े नबूवत दियाँ उठां दे बाण दा इंतजार नहीं कीता तुहानूं गल दी समझ नहीं ना आई चलो मैं चार करबला दे शहीदां नाल समझाना मैन कबरे हुसैन की कसम जदन वैन की इजाजत मिली है तो अकबर तो औखी लथी चल अगला समझो जदन इजाजत मिली है कासिम तो औखी लथी फिर अगला समझो जदन इजाजत मिली है आन तो भी औखी लथी और आजादार हो जदन इजाजत मिली है तो अब्बास तो भी औखी और तुसी ता हैरान हो बगाजी तो किवें औखी लथी गाजी ते बाजू नाल कोई ना आजादारा दो सवार औखे लादन एक ओ जदे होमेन ही नहीं ते दूजा ओ जदे होमेन ते बधे हो दोवे मावा धियां आलिया ओ मासूमा शबीर दी लाश ते आई मासूमा बीबी एक बार इत्थे खलोती फिर इत्थे आई जदन ए इंज टुरन लगी
धी वाला बंदा बड़ा औखा है गल बर्दाश्त करेगा। इत्थे खलोती हो यालिया आख्या, बार बार क्यों टुरदी है प्यो दी लाश ते? निक्के निक्के हत्थां दा इशारा करके आदी है, अम्मा ना सिरां दी लभदी है ना प मरहबा मरहबा वसदे रहो सोहनी हाय आज़ादार ना सिरां दी। हुण मैं दसो आज़ादारो जिहड़े अजन शामिल ना होए धी प्यो दी लाश ते किवें आंदी? मैं आप मंजर कई बार वेख्या है, किसी धी का जो प्यो मर गया ना तो बंदे एक ही दूए फोन देंगे दें। यार मेरे च हिम्मत नहीं, तू दस वो आदे तू दस उसनों देंदा तू दस। आखिर कोई बुजुर्ग खानदान का फोन नप के आदा, मेरी धी जिथे भी है ना चादर कर सीधी पेके घर आ। ए जुमला दसी वो खुदा धी किस किस झोली च रखी हुई है? वो धी पहला सवाल कर दी है, मेरे बाबिन तो खैर है ना? पर्दा पाया जाता है, आखिया जाता है खैर है, बस थोड़ी तबीयत खराब है तो बुलाता है। वो धी की गड़ी आन के गलिए रुकती है, वेखती है प्यो दे दरवाजे अगे रश, प्यो दे घर का खुले होया दरवाजा। अजादारा धी जनाजे ते आके ढह पौंदी है, देर भी होंदी रहे तो बंदे आ दिन कोई गल नहीं, वो धी पई रोंदी है जाना। मैं मातमी नाल गल कर रहा, जदन रज के रो लेंदी है, कोई पानी पिलांदा है, कोई चादर करांदा है, कोई तलियां मलदा है, कोई हंजू पूंजदा है, कोई बुजुर्ग दी जान के सीने नाल लांदा है। तू मुसलमान है, मैं सैयदा, मैं सवाल कर रहा, मैं अल्लाह दी कायनात च कोई धी विखा जनू प्यो दे कातल ओदे प्यो दी लाश ते तमाचे मारे। हर बंदा हाय करे एक हुसैन दी धी आए जड़ी आधी आई जहरा दा लाल मैं शाम पई वेंदी आ। बाबा मैं नहीं बाण पे देंदे, वसदा रहे हाय करण आला, वसदा रहे जड़े अजन नौ शामिल होए। फिर एक जुमला नेड़े करो अपने जिगर दे, फिर नेड़े करो। हा अच्छा चलो एडी एडा सोना सोने सोने दर्द नाल रो रहे हैं। गुलाम बास दीवारी में बैठा हस, बड़ा दर्दनाक जुमला है ना आखे। हूँ मैंने भी पया दिन बधी के आदि। अच्छा सुनो, जदन धी रो ले दी है, को बुजुर्ग आंदा है वह धी दे सिर ते उस धी दियाँ मासी दियाँ फूफी दियाँ धियाँ उन्होंने इशारा करता है नपो, इस धी नप के पासे बहाई जाती है, धी रह जाती है जनाजा चला जाता है, धी रह जाती है जनाजा चला जाता है, धी रह जाती है जनाजा चला जाता है। वो शिया नहीं जड़ा बुलंद हाय न करे, करबला दियाँ धियाँ दी गुरबत दी हद मुक गई, जनाजे रह गए ते धी शाह। करो मातम करो वसदार वसदार है वसदार है हाय करण आला, जनाजे उथे ही रह गए, धी शाम टुर पई और जदन उठते बहाई गई। उठ दी बुलंदी तो नौ हिस्सा शहीद आजम दी लाश वेख के ना ना, ना। क्योंकि मैं आप धी रखदा तो ए ए मकतल दे वैन जेड़े जनाब मासूमा अपने बाबा दी लाश ते कीते ओ मेरे जिगर ताकत नहीं बे मैं पढ़ा। वो कैसे दुखे वैन अपनी धी हुसैन दी बाबा दी लाश ते आंसू चले हुए रुखसार ते। मैं एक गल करदा आजादार आजादार हो किसे धी दा प्यो जे हादसे नाल मर जाए ते बंदे अगर मुँह जख्म, क्योंकि धी तो वेखना होता है ना मुँह, तो जिते मुँह तो जख्म होवे ना बंदे उत्थे अर्क गुलाब रख देंदे, फूल फूलों दियाँ पत्तियां रख दे से नहीं या गुलाब रख दे से। मोमिनीन अज़ादारो अकीक इतने इतने जे किसे दे प्यो दे मुँह तो जख्म होवे वो रख देंदे ने इत्थे। इस वास्ते नहीं कि जनाजा सोना लगे, इस वास्ते कि धी आना है
ਉਸ ਕਫਨ ਦਾ ਕੱਪੜਾ ਹਟਾਉਣਾ ਹੈ। ਅੱਗੋਂ ਜੇ ਧੀ ਵੇਖ ਲਿਆ ਪਿਓ ਦਾ ਮੂੰਹ ਜ਼ਖਮੀ ਅਤੇ ਧੀ ਮਰ ਜਾਏਗੀ ਮਰਨ ਤੋਂ ਪਹਿਲੇ, ਮੈਂ ਸਮਝਾ ਲਿਆ ਅਤੇ ਤੂੰ ਬੜੀ ਦੇਰ ਹਾਏ ਕਰਨੀ ਹੈ। ਉਮਤ ਨੂੰ ਪਤਾ ਹੀ ਨਾ ਮਜ਼ਲੂਮ ਦੀਆਂ ਧੀਆਂ ਆਉਣਾ ਹੈ ਅਤੇ ਉਹਨਾਂ ਇੱਕ ਰਾਤ ਧੀ ਦੇ ਆਉਣ ਤੋਂ ਪਹਿਲੇ ਮਜ਼ਲੂਮ ਦੇ ਬਦਨ 'ਤੇ ਪੱਥਰ ਰੱਖ ਛੋੜੇ, ਟੁੱਟੀਆਂ ਹੋਈਆਂ ਤਲਵਾਰਾਂ ਰੱਖ ਛੋੜੀਆਂ, ਹਾਏ ਕਰੋ ਅਜ਼ਾਦਾਰੋ ਨੇਜ਼ੇ ਸੱਟ ਛੋੜੇ। ਵਸਦਾ ਰਹੇ ਹਾਏ ਕਰਨ ਵਾਲਾ ਅਜ਼ਾਦਾਰ, ਵਸਦਾ ਰਹੇ ਇਸ ਹਾਏ ਦੇ ਬਦਲੇ ਸ਼ਲ ਕਰਬਲਾ ਜਾ ਵੇਖੇ ਕਿ ਧੀ ਦਾ ਜਿਗਰ ਬਰਦਾਸ਼ਤ ਨਾ ਕਰ ਸਕਸੀ। ਔਰ ਉੱਠ ਤੇ ਚੜ ਬੈਠੀ ਔਰ ਰੱਸੀਆਂ ਵਾਲੇ ਡੂਏ ਹੱਥ, ਤੈਮੂਰੀ ਕੋ ਖੁੱਲ੍ਹਣਾ ਥੋੜ੍ਹੇ ਜਿਹਾ, ਰੱਸੀਆਂ ਵਾਲੇ ਹੱਥ ਮੇਰੀ ਆਕ ਆਜ਼ਾਦੀ, ਇੰਜ ਬਾਬੇ ਦੀ ਲਾਸ਼ ਹਲ ਕਰਕੇ ਆ ਦੀਏ ਆਲੀਆ ਦਾ ਵੀਰ, ਜੇ ਇਹ ਲਹਿ ਗਈਆਂ ਤਾਂ ਮੈਂ ਵਾਲਾ ਸਾਂ ਬਾਬਾ, ਜੇ ਨਾ ਲਥੀਆਂ ਤਾਂ ਤੁਸੀਂ ਸ਼ਾਮ ਆ ਜਾਵਿਆ ਹੈ, ਅਤੇ ਬਾਬਾ ਧੀ ਦਾ ਵਾਅਦਾ ਹੀ ਜਿੱਦਣ ਤੂੰ ਮੈਨੂੰ ਮਿਲਣ ਸ਼ਾਮ ਆਸੇ, ਬਾਬਾ ਮੈਂ ਤੈਨੂੰ ਇਕੱਲਾ ਨਾ ਟੁਰ ਸਾਂ, ਤੇਰੇ ਨਾਲ ਨਾਲ ਧੀ ਟੁਰ ਪੋਸੀ। ਤੂੰ ਮੁਸਲਮਾਨ ਹੈ, ਤੂੰ ਅਜ਼ਾਦਾਰ ਹੈ, ਤੂੰ ਸ਼ੀਆ ਹੈ, ਤੂੰ ਸੈਦ ਗੈਰੇ ਸੈਦ, ਇਤਨਿਆਂ ਦਾ ਮਜਮਾ ਹੈ, ਮੈਂ ਮਜ਼ਲੂਮ ਦਾ ਜ਼ਾਕਿਰ ਹਾਂ। ਸੈਦਾਂ ਦੀ ਦਿੱਤੀ ਹੋਈ ਦੂਜੀ ਜ਼ਿੰਦਗੀ 'ਚ ਮਜਲਿਸ ਪਿਆ ਪੜ੍ਹਨਾ, 28 ਸਫ਼ਰ ਹੈ, ਮੈਨੂੰ ਕਸਮ ਦੀ ਲੋੜ ਨਹੀਂ, ਮੈਂ ਫਿਰ ਵੀ ਕੋਈ ਸੁਣੀ ਭਾਈ ਮਜਲਿਸ 'ਚ ਹੈ, ਮੈਂ ਸੱਚਿਆਂ ਦਾ ਜ਼ਿਕਰ ਪਿਆ ਕਰਦਾ ਅਤੇ ਫਿਰ ਪਿਆ ਦਾ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾਹ ਅਲੀਯੁਨ ਵਲੀਉੱਲਾਹ, ਮੈਨ ਕਲਮੇ ਦੀ ਕਸਮ ਹੈ, ਮੈਨ ਅੱਜ ਦੇ ਦਿਨ ਦੀ ਕਸਮ ਹੈ, ਦਿਲ ਦੁਖੇ ਤਾਂ ਮੈਨੂੰ ਮਾਫ ਕਰਿਆ ਹੈ। ਮਕਤਲਾ ਦੀਏ ਹਰ ਬੀਬੀ ਉੱਠ ਤੇ ਬਹਾਈ ਗਈ ਏ, ਸਕੀਨਾ ਉੱਠ ਨਾਲ ਬੱਧੀ ਗਈ। ਹੱਥ ਖੋਲੋ, ਹੱਥ ਖੋਲੋ, ਜਿਹੜੇ ਅਜ਼ਾਦਾਰ ਹੋ ਸੀਨੇ ਤੇ ਹੱਥ ਰੱਖੋ ਅਜ਼ਾਦਾਰ। ਹਰ ਬੀਬੀ ਬਹਾਈ ਗਈ ਹੈ, ਸਕੀਨਾ ਉੱਠ ਨਾਲ ਬੱਧੀ ਗਈ ਹੈ। ਮਰਹਬਾ ਹਾਏ ਕਰਨ ਵਾਲੇ ਅਜ਼ਾਦਾਰ, ਮਰਹਬਾ ਮਰਹਬਾ, ਤੇਰਾ ਵਿਹੜਾ ਆਬਾਦ ਰਹੇ, ਮਰਹਬਾ, ਕਦੀ ਨਾ ਰੋਵੇਂ ਜੀ ਬਾਬਾ ਖਲੀ ਬਾਂ ਕਰਕੇ ਰੋਣ ਵਾਲੇ। ਔਰ ਫਿਰ ਜਵਾਬ ਦਿਓ, ਜਵਾਬ ਜਵਾਬ ਚਾਹੀਦਾ ਹੈ। ਬਿਸਮਿਲ੍ਲਾ ਬਾਬਾ, ਬਿਸਮਿਲ੍ਲਾ, 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 ਬਿਸਮਿਲ੍ਲਾ। ਆਸੂ ਆ ਗਏ ਮੇਰੇ ਹਿੱਸੇ ਦੇ, ਇਬਾਦਤ ਹੋ ਗਈ ਹੈ, ਮੈਂ ਤਾਂ ਰੁਕ ਰਿਹਾ ਬਈ, ਦੁੱਖ ਬਹੁਤ ਜ਼ਿਆਦਾ ਹੈ ਅਜ਼ਾਦਾਰੋ, ਫਿਰ ਕੋਈ ਐਸੀ ਗੱਲ ਵੀ ਨਾ ਹੋਵੇ ਜਿਸ ਨਾਲ ਤੇਰਾ ਦਿਲ ਜ਼ਿਆਦਾ ਦੁੱਖ ਜਾਏ। ਫਿਰ ਮੈਨੂੰ ਜਵਾਬ ਦਿਓ, ਇਹਨਾਂ ਜਾਣ ਕੇ ਅਲੀ ਦੀਆਂ ਧੀਆਂ ਦੇ ਉੱਠ ਉੱਥੋਂ ਕਿਉਂ ਗੁਜ਼ਾਰੇ ਜਿੱਥੇ ਅੱਬਾਸ ਦੀ ਲਾਸ਼ ਹੋਈ? ਆਹੋ ਬਜ਼ੁਰਗਾਂ ਦਾ ਮਾਤਮ ਵੇਖਿਆ ਸਦਾਰਤ, ਉਹ ਜਿਗਰ 'ਤੇ ਲੱਗੀ ਹੈ ਨਾ ਮਜ਼ਲੂਮ ਦੀ ਕਬਰ ਹਲ ਗਈ ਹੈ, ਜਿਹਦਾ ਜਿਗਰ 'ਤੇ ਆ ਜਾਏ ਉਹਦੀ ਹਾਏ ਨਿਕਲ ਆਉਂਦੀ ਹੈ। ਨਾ ਥੱਕਣ ਵਾਲੀ ਕੌਮ, ਖੁਦਾ ਤੇਰਾ ਵਿਹੜਾ ਆਬਾਦ ਰੱਖੇ। ਹਾਏ ਕਰਨ ਵਾਲੇ ਅਜ਼ਾਦਾਰੋ, ਮੈਂ ਰਿਵਾਇਤ 'ਚ ਇੰਜ ਪੜਿਆ ਹੈ, ਹੁਣ ਮੈਨੂੰ ਤੇਰੀ ਨਿਗਾਹ ਚਾਹੀਦੀ ਹੈ, ਇਹ ਦਰਦ ਸਮਝਾਉਣ ਵਾਸਤੇ ਮੈਨੂੰ ਤੁਹਾਡੀ ਨਿਗਾਹ ਚਾਹੀਦੀ ਹੈ। ਬਿਲਾ ਤਸ਼ਬੀ ਮਨ 'ਤੇ ਪਈ ਆਈ ਫਜ਼ਲ ਦੇ ਬਾਬੇ ਦੀ ਲਾਸ਼, ਅਤੇ ਉੱਠ ਅਲੀ ਦੀਆਂ ਧੀਆਂ ਨੂੰਹਾਂ ਦੇ ਬਿਲਕੁਲ ਨੇੜਿਓਂ ਲਗਾਏ ਗਏ। ਮੈਂ ਮਾਤਮੀ ਦਾ ਹੱਥ ਵੇਖਾਂ ਜਿਹੜਾ ਦਾ, ਹਾਂ ਮਾਤਮੀ, ਮੈਂ ਮਜਲਿਸ 'ਚ ਗਿਆ ਅਤੇ ਕਰਨ ਵੀ ਮਾਤਮ ਗਿਆ। ਅਜ਼ਾਦਾਰਾ ਰਿਵਾਇਤ ਆਦੀ ਹੈ, ਆਲੀਆ ਸੈਣ ਦਾ ਉੱਠ ਗੁਜ਼ਰਿਆ ਅਤੇ ਲਾਸ਼ ਸਿੱਧੀ ਪਈ ਰਹੀ, ਅਲੀ ਅਕਬਰ ਦੀ ਅੰਮਾ ਦਾ ਗੁਜ਼ਰਿਆ ਅਤੇ ਲਾਸ਼ ਸਿੱਧੀ ਪਈ ਰਹੀ। ਲਫ਼ਜ਼ਾਂ ਜਗ੍ਹਾ ਦਿਓ ਜਵਾਨੋ ਤਾਂ ਕਿ ਇਬਾਦਤ ਹੋਵੇ, ਇਸਤਗਾਸਾ ਕਰੋ ਸ਼ਾਮ ਦੀ ਮਲਕਾ ਦੀ ਬਾਰਗਾਹ 'ਚ, ਅਗਰ ਮੈਂ ਸਮਝਾ ਲਿਆ ਤਾਂ ਬੜੀ ਵੱਡੀ ਇਬਾਦਤ ਹੈ। ਅਜ਼ਾਦਾਰਾ ਅਲੀ ਦੀ ਛੋਟੀ ਧੀ ਦਾ ਉੱਠ ਲਾਸ਼ ਸਿੱਧੀ ਪਈ ਰਹੀ, ਅਲੀ ਅਸਗਰ ਦੀ ਅੰਮਾ ਲਾਸ਼ ਸਿੱਧੀ ਪਈ ਰਹੀ। ਅਚਾਨਕ ਉੱਠ ਗੁਜ਼ਰਿਆ ਜਿੱਥੇ ਜ਼ਖਮੀ ਕੰਨਾਂ ਅਲੀ ਬੈਠੀ ਆਈ, ਮੈਨ ਤੇਰੀ ਹਾਏ ਦੀ ਕਸਮ ਹੈ, ਸਕੀਨਾ ਦਾ ਉੱਠ ਆਇਆ ਸ਼ਰਮ ਤੋਂ ਲਾਸ਼ ਕਰ ਬੈਠਾ, ਮੈਂ ਤੇਰਾ ਮਾਤਮ ਵੇਖਣਾ ਚਾਹੁੰਦਾ। ਲਾਸ਼ ਕਰਵਟ ਖਾਦੀ, ਅਸਗਰ ਦੀ ਭੈਣ ਉੱਠ ਤੋਂ ਛਣ ਪਈ, ਬਧਿਆ ਹੱਥਾਂ ਨਾਲ ਲਾਸ਼ ਸਿੱਧੀ ਕਰਕੇ ਕੱਪੇ ਹੋਏ ਗੱਲ 'ਤੇ ਆਪਣਾ ਮੂੰਹ ਰੱਖ ਕੇ ਗੱਲ ਚੁੰਮ ਚੁੰਮ ਕੇ ਆਦੀ ਹੈ, ਕਰਬਲਾ ਦਾ ਜਰਨੈਲ ਚਾਚਾ, ਇਹ ਸ਼ਾਮ ਦੀ ਕੈਦਣ ਧੀ ਨੂੰ ਵੇਖ ਕੇ ਕੰਡ ਕਰ ਗਿਆ, ਮੈਂ ਕੋਈ ਪਾਣੀ ਮੰਗਣ ਆਈ ਆ।
ਮਰਹਬਾ 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 ਵਸਦਾ ਰਹੇ ਵਸਦਾ ਰਹੇ ਵਸਦਾ ਰਹੇ ਆਜ਼ਾਦਾਰ ਚਾਚਾ ਮੈਂ ਕੋਈ ਪਾਣੀ ਮੰਗਣ ਆਈ ਹਾਂ ਅਵਲ ਫਜ਼ਲ ਅਲ ਅਬਾਸ ਸਾਹਮਣੇ ਤੁਸੀਂ ਆਜ਼ਾਦਾਰ ਹੋ ਤੁਸੀਂ ਹਾਏ ਵਿੱਚ ਸ਼ਾਮਿਲ ਹੋਵੋ ਨਾਲ ਅਲਾ ਮੋਮਿਨ ਗਵਾਹ ਕਰੋ ਆਪਣੀ ਹਾਏ ਦਾ ਮੇਰੇ ਮੌਲਾ ਫਰਮਾਇਆ ਸੈਣ ਪਾਣੀ ਮੰਗਣ ਨਾ ਆਈ ਤੇ ਕਿਉਂ ਆਈ ਮੇਰੀ ਸੈਣਾ ਦੀ ਹਾਂ ਚਾਚਾ ਹੁਣ ਮੈਂ ਦੱਸਦੀ ਹਾਂ ਆਪਣੇ ਨਿੱਕੇ ਨਿੱਕੇ ਬੱਧੇ ਹੋਏ ਹੱਥ ਇਹ ਇੰਜ ਜ਼ਖਮੀ ਕੰਨਾਂ 'ਤੇ ਰੱਖ ਕੇ ਰੋ ਕੇ ਆਦੀ ਚਾਚਾ ਪਾਣੀ ਮੰਗਣ ਨਹੀਂ ਆਈ ਤੈਨੂੰ ਦੱਸਣ ਆਈਆਂ ਜਿਨ੍ਹਾਂ ਤੈਨੂੰ ਮਾਰਿਆ ਆ ਉਹਨਾਂ ਮੇਰੇ ਦੁਰ ਲਾਲ ਨਾਲ ਅਲਾ ਮੋਮਿਨ ਮੈਂ ਫਿਰ ਪਿਆਦਾ ਹਾਏ ਦਾ ਗਵਾਹ ਕਰੋ ਤੁਰ ਪਈ ਸ਼ਾਮ ਅਜ਼ਾਦਾਰੋ ਸ਼ਾਮ ਦੇ ਰਸਤੇ 'ਤੇ ਇਹ ਮਖਦੂਮਾ ਮੁਅੱਜ਼ਮਾ ਮਾਸੂਮਾ ਵੀ ਖੁਦਾ ਤੁਹਾਡੇ ਆਂਸੂ ਕਬੂਲ ਫਰਮਾਏ ਅਜ਼ਾਦਾਰੋ ਇਹਨਾਂ ਆਂਸੂਆਂ ਦੇ ਬਦਲੇ ਮੇਰਾ ਮੌਲਾ ਤੁਹਾਨੂੰ ਸ਼ਾਮ ਦਾ ਜ਼ਵਾਰ ਬਣਾਏ ਆਜ਼ਮ ਅੱਲਾਹੁ ਅਜੂਰਨਾ ਵਾ ਅਜੂਰਕੁਮ ਬਿਮਸਾਹਿ ਬਿਲ ਹੁਸੈਨ ਅਲੈਹਿ ਸਲਾਮ ਅਜ਼ਾਦਾਰੋ ਇਹ ਬੜਾ ਦਰਦਨਾਕ ਜੁਮਲਾ ਹੈ ਮੈਂ ਬਹੁਤ ਜਗ੍ਹਾ 'ਤੇ ਆਖਿਆ ਇਹਨਾਂ ਦਿਨਾਂ 'ਚ ਲੇਕਿਨ ਮੇਰੀ ਕੋਈ ਪੜ੍ਹਨ 'ਚ ਕਮੀ ਹੋ ਸੀ ਪਰ ਮੈਂ ਇਸ ਦਰਦ ਨੂੰ ਉਂਝ ਨਹੀਂ ਪਹੁੰਚਾ ਸਕਦਾ ਤੁਸੀਂ ਸੋਹਣੀ ਹਾਏ ਕਰ ਰਹੇ ਹੋ ਤਾਂ ਇਸ ਨੂੰ ਵੀ ਸਮਝੋ ਕਰਬਲਾ ਦੇ ਆਖਰੀ ਬੰਨੇ ਤੋਂ ਲੈ ਕੇ ਸ਼ਾਮ ਦੇ ਦਰਵਾਜ਼ੇ ਤੱਕ ਹੁਸੈਨ ਬਾਦਸ਼ਾਹ ਦੀ ਇਹ ਲਾਡਲੀ ਧੀ 13 ਵਾਰੀ ਉੱਠ ਤੋਂ ਡੱਠੀ ਏ ਧੀਆਂ ਦੇ ਸੁੱਖ ਵੇਖੇ ਹਾਏ ਸੁੱਖ ਵੇਖੇ ਹਾਏ ਕਰਨ ਵਾਲਿਆ ਸੁੱਖ ਵੇਖੇ ਧੀਆਂ ਦਾ ਆਹ ਤੇਰਿਆਂ ਪੁੱਤਰਾਂ ਗਰਮ ਹਵਾ ਨਾ ਲੱਗੇ ਇੱਕ ਮੰਜ਼ਲ 'ਤੇ ਕਾਫਲਾ ਰੁਕਿਆ ਅਤੇ ਸੱਜਾਦ ਨੂੰ ਆਦੀ ਹੈ ਸੱਜਾਦ ਮੇਰੇ ਪੈਰ ਫਟ ਗਏ ਜੇ ਆਖੇ ਤਾਂ ਮੈਂ ਉਹ ਛਾਂ 'ਤੇ ਬਹਿ ਜਾਵਾਂ ਭੈਣ ਛਾਂ 'ਤੇ ਗਈ ਅਜ਼ਾਦਾਰੋ ਅਤੇ ਬੜੀ ਉਜਲਤ ਨਾਲ ਸ਼ਿਮਰ ਹਰਾਮਜ਼ਾਦੇ ਕਾਫਲਾ ਟੋਰ ਲਿਆ ਇੱਕ ਮੀਲ ਕਾਫਲਾ ਅੱਗੇ ਲੱਗਾ ਗਿਆ ਅਤੇ ਅਲੀ ਦੀ ਧੀ ਫਰਮਾਇਆ ਅਸਗਰ ਦੀ ਅੰਮਾ ਧੀ ਕੋ ਲਈ ਨਹੀਂ ਮੇਰੀ ਸੈਣ ਕਲਸੂਮ ਤੁਹਾਡੇ ਕੋਲ ਹੈ ਬਿਰਾ ਦੀ ਨਿਸ਼ਾਨੀ ਨਹੀਂ ਸਾਨੀ ਹੈ ਜ਼ਹਰਾ ਕਾਸਿਮ ਦੀ ਅੰਮਾ ਸਾਡੇ ਬਿਰਾ ਦੀ ਨਿਸ਼ਾਨੀ ਤੁਹਾਡੇ ਕੋਲ ਨਹੀਂ 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 ਜਿਸ ਤੋਂ ਪੁੱਛਦੀ ਆਈਏ ਉਹ ਬੀਬੀ ਪਿੱਟਦੀ ਆਈਏ ਆਖਿਰ ਮੇਰੀ ਸੈਣ ਆਖਿਆ ਸੱਜਾਦ ਉੱਠ ਰੋਕ ਭੈਣ ਰਹਿ ਗਈ ਆ ਉਹ ਮੈਂ ਤੇਰੇ ਮਾਤਮ ਤੋਂ ਦਾ ਰਹਿਣ ਵਾਰਾ ਮੈਂ ਮਾਤਮੀ ਵੇਖਣਾ ਚਾਹੁੰਦਾ ਅਜ਼ਾਦਾਰਾ ਮਾਤਮੀ ਵੇਖਣਾ ਚਾਹੁੰਦਾ ਸ਼ਿਮਰ ਕੋ ਲਾ ਕੇ ਮਾਮਾ ਦਿਨ ਉੱਠ ਰੋਕ ਮੇਰੀ ਭੈਣ ਰਹਿ ਗਈ ਹੈ ਰੱਬ ਜਾਣੇ ਆਸਮਾਨ ਖੜਾ ਕੇ ਮੇਰੇ ਆ ਜਦਨ ਸ਼ਿਮਰ ਹਰਾਮਜ਼ਾਦੇ ਹੱਸ ਕੇ ਆਖਿਆ ਕੀ ਹੋਇਆ ਬੱਚੇ ਝੜਦੇ ਨਹੀਂ ਰਹਿੰਦੇ ਮੇਰੇ ਮੌਲਾ ਫਰਮਾਇਆ ਬੱਚੇ ਝੜਦੇ ਰਹਿੰਦੇ ਨੇ ਸੈਯਦਜ਼ਾਦੀ ਝੜ ਪਈ ਹੈ ਇਹ ਸੈਦਾਂ ਦੀ ਗੈਰਤ ਦਾ ਸਵਾਲ ਹੈ ਆਦੇ ਕਾਫਲਾ ਨਹੀਂ ਰੁਕਦਾ ਹੁਣ ਸ਼ਾਮ ਰੁਕੇਗਾ ਸੱਜਾ ਚੁੱਪ ਕੀਤੀ ਹੈ ਮੇਰੇ ਮਾਲਿਕ ਦੀ ਭੈਣ ਨੇ ਆਪਣੇ ਬਿਰਾ ਦਾ ਸਰ ਵੇਖਿਆ ਆਲਮਾ ਗੈਰੇ ਮੁਅੱਲਮਾ ਫਰਮਾਇਆ ਹੁਸੈਨ ਕਿਨ ਵਹਿੰਦਾ ਹੈ ਧੀ ਤਾਂ ਪਿੱਛੇ ਰਹਿ ਗਈ ਅਜ਼ਾਦਾਰੋ ਮੇਰੇ ਮੌਲਾ ਦੀ ਸਾਂਗ ਜ਼ਮੀਨ 'ਚ ਪੇਵਸਤ ਹੋ ਗਈ ਖੋਲੀ ਚਾਰ ਚਾਰ ਸਿਪਾਹੀਆਂ ਨਾਲ ਸਾਂਗ ਨੂੰ ਜ਼ੋਰ ਲਾਇਆ ਸਾਂਗ ਬਾਹਰ ਨਹੀਂ ਆਈ ਤਾਜ਼ਾ ਬਣੀ ਹੋਈ ਕਲਮ ਚਾ ਕੇ ਸ਼ਿਮਰ ਸੱਜਾਦ ਦੀ ਕੰਢ 'ਤੇ ਆ ਗਿਆ ਇੱਕ ਸਤਰ ਲਿਖੀ ਦੂਸਰੀ ਲਿਖੀ ਅਦਬ ਸੁਣਨ ਵਾਲੇ ਨੋ ਕਿਤਨੀ ਤੇਜ਼ ਆਈ ਸਿਆਹੀ ਕਾਗਜ਼ ਤੋਂ ਬਾਹਰ ਆ ਗਏ ਤੈਮੂਰ ਸਹਾਰਾ ਦੇਣਾ ਇੱਕ ਖੋਲਾ ਮੈਂ ਪਹਿਲਾਂ ਵਹਿਣ ਕਰਨ ਲੱਗਾ ਅਜ਼ਾਦਾਰੋ ਛੋਲੀ ਫੈਲਾ ਲਓ ਛੋਲੀ ਮੇਰੇ ਮੌਲਾ ਫਰਮਾਇਆ ਮੈਂ ਆਖਿਆ ਮੇਰੀ ਭੈਣ ਨਹੀਂ ਆਏਗੀ ਤਾਂ ਕਾਫਲਾ ਨਹੀਂ ਟੁਰੇਗਾ ਸ਼ਿਮਰਾਦਾ ਜੇ ਇਹ ਗੱਲ ਹੈ ਤਾਂ ਮੈਂ ਫਿਰ ਤੇਰੇ ਪਿਓ ਦੀ ਸਾਂਗ ਟੋਰ ਲੈਣਾ ਸਜਾ ਦਾ ਦਿਨ ਕਿਵੇਂ ਟੋਰ ਸਾਂ ਜਿਸ ਉੱਠ 'ਤੇ ਤੇਰੀ ਮਾਂ ਬੈਠੀ ਹੈ ਮੈਂ ਉੱਠ ਨੂੰ ਚਾਬਕ ਮਾਰ ਸਾਂ ਉੱਠ ਦੌੜ ਸੀ ਪਿੱਛੇ ਪਿੱਛੇ ਬਿਰਾ ਦੀ ਸਾਂਗ ਟੁਰ ਪੋ ਸੀ ਸਜਾ ਚੁੱਪ ਕੀਤੀ ਆ ਲੀਆ ਦਾ ਵਹਿਣ ਆਇਆ ਮੈਂ ਪਈਆ ਦੀਆਂ ਜੁੱਠਾ ਕਦਮ ਨਹੀਂ ਜਾਣਾ ਕਿਉਂ ਨਹੀਂ ਚਾਣਾ ਬੱਦੇ ਹੋਏ ਹੱਥ ਆ ਲਿਆ ਉੱਠਦੀ ਗਰਦਨ ਤੇ ਰੱਖ ਕੇ ਆਦੀ ਅੱਲਾ ਦਾ ਹਲਾਲ ਜਾਨਵਰ ਸੁਜਾਣ ਮੈਂ ਗਾਜ਼ੀ ਦੀ ਭੈਣਾ ਉਜੜ ਗਈਆਂ ਮਗਰ ਹੁਕਮ ਪਈ ਦੇਨੀਆਂ ਮਰ ਜਵਿਆ ਹੈ ਕਦਮ ਨਾ ਚਵਿਆ ਹੈ ਮੇਰੀ ਧੀ ਰਹਿ ਗਈ ਹੈ
तेरी हाय आई है बवंजा उठ दी गोड़ी जमीन ना लाई है हर हैवान दा बैण आए उदन आखी आई जदन श्याम नेड़े आ गए पहले आखिया ते नाने दी कबर ते लै जाइया वसदा रहे वसदा रहे हाय करण आले शिमर हराम जादे नु गुस्सा आया है इस कमी ने जजर नु आख्या घोड़े ते चाले पिछली मंजर तो सज्जा दी भैन लिया तेरा तारुफ नहीं है ता तेरी हाय नहीं आई जजर ओ मलौने जदन सादा दया बच्चिया दे सामने आया सैदा दे बाल एडे डरे होया इन रुखसार ते हाथ रख लेंदे आए जजर घोड़े ते चढ़े आया रवाब दा भैन आया आलिया धी बचा लै आ मेरी चौं सालां दी धी है वड्डा जालम हथ खोलो जड़े हलके दे मातमियो हथ आजाद करो जनाबे आलिया दा भैण आया कोई है जड़ा मेरी धी बचाए मैं ओदी जन्नत दी जामिना हमीद पुत्र मुस्लिम दा घोड़े ते चढ़िया है आदे आलिया सैण ना रो मैं तेरी धी लै आना हमीदा दे जजर गया मैं पीछे आए जजर दा घोड़ा पिछली मंजिल दा पहला टिब्बा पहले लथा है मैं बाद चाया हुण मैं माफ करया है हमीदा दे जदन मैं आया बच्ची सहरा च भजदी पैया ए चोटियां हवा चुटदियां दियां सजन ढेरा है किसे दा ना नाई चांदे करबला तो मुंह करके आ दिया चाचा गाजी और रा नहीं लभदा ओ तेरा कोते लागी या जहरा वसदा रहे हाय करण वाला खुदा तेरा वेड़ा आबाद रखे मैं अमर करो जदा रहो एडी गर्मी च हाय करण वाले मातो करण वाले मैं सवाल कर रहा मख्तल परदे नाल गुजरा या पढ़ जावा जदा रहो पढ़ना मेरा कम है मातम तेरा कम है किताब दा नाम ही सैयदा सकीना है ओ आदा है हमीद आदा है मैं घोड़ा तेज कीता है मेरा दिल ला मैं सहराम जादे तो पहले मासूमा बचा ला हुण मरदा है ते मर जा मैं पर्दा नहीं पांदा हमीदा दे मेरे तो पहले लत्था बैठा आदा है लहके इस खबे हाथ नाल सकीना दे दोए हाथ ना पलाए जेंदा सार दुखदा है मातम ना करे आदा है जितनी देर च मैं आया इस पांच वारी अजर रसालत दिता है जेंदा सार दुखदा है मातम ना करे कुत्ता छिणक दे गया दाए कहिंदे हुक्म दे ना करो माता तू सम पई आवे हाथ ना पलो आबाद रहे आबाद रहे आबाद रहे आबाद रहे हाथ ना पलो ना पलो ना पलो हाथ होदादार मैं एक मंजर वेखिया है जेड़ा तुसा नहीं वेखिया एक बारी मैं वेखो जड़े हलके दे आजादार हो जनाबे मासूमा दा गम है मैं आखिया पांच बारी मारिया है उस मुँह ते मातम कीता है किसे इथों हाथ नपया है किसे इथों हाथ नपया है मैंने कुरान दी कसम है हाय ओ सकीना जन मारे ना कोई न पेड़ा ला जेड़ी यादी आई ना मार मेरा चाचा मारे याद हरा याद हरा याद हरा पढ़ा आखे तो पढ़ा नहीं तो दुआ मंगा दे आजादार पढ़ा जदार पढ़ा जदार धी आला बंदा जिगर ते हाथ रख के सुनया है इस छेवें जुलम कांड हाथ उठाया है हमीद इथों हाथ नपया है आदे बस करो हराम जादिया बच्ची मर जाएगी है इस इलाके दे आजादार आदे पिछे ओ मैं भिरा कोल लै जावा सजरा दे ना तू लै जानी है ना मैं लै जानी है ओ नहीं शिया जेड़ा सार प्यारा कर जाए आदा है की में जाएगी है आजादार घोड़ा पीछे भजदा आया है सकीना के भजदा
जेदा सार दुखदा है मातम ना करे काफला सामने आया है सैन चाचे दा सरहाना लाया है मुंह ते मुंह रखया दिया है तेरे कातिल मारिया मैं कोंडास चाचा केड़े जुराम दे वेच तेरी धीन हो गया फट रुखसा मेरा मौला साड़ी इबादत कर अच्छा मैं पढ़ देना जदार हर शिया सिर ते हाथ रखे माँ हाज की ताए सहन नहीं आए सज्जाद बुलाया है सहन नहीं आए जेड़ा धिया लाए उदे गई है जिथे बाबे दा सारा सारा नल्ला के आधिया है धी रोल गई है करो माता वेच जंगला दे समत दा पा के नगीना साब छोटी कैदन हाय आधे मेरा भूल गया ना मैं सकीना दी